ਤਰੀਕ 5ਵਾਂ ਮਹੀਨਾ 2019 ਨੂੰ ਇੱਥੇ ਖੂਡੀ ਮਸਜਿਦ ਦੇ ਕੋਲੇ ਛੋਟੀ ਨਗਰ ਦੇ ਵਿੱਚ ਨਾ ਗੁਰੂ ਸਾਹਿਬ ਦੇ ਜਿਹੜੇ ਅੰਗਾਂ ਦੀ ਬੇਅਦਬੀ ਹੋਈ ਆ, ਜਿੱਥੇ ਗੁਰਕਾ ਸਾਹਿਬ ਦੇ ਕੁਛ ਅੰਗ ਸਾਨੂੰ ਨਾਲੀ ਦੇ ਵਿੱਚੋਂ ਮਿਲਿਆ ਜੋ ਸੜੀ ਹੋਈ ਹਾਲਤ ਦੇ ਵਿੱਚ ਸੀਗੇ, ਅਤੇ ਉਹਨਾਂ ਦੀ ਬੇਅਦਬੀ ਹੋਈ ਨੂੰ ਤਕਰੀਬਨ ਅੱਜ ਤੋਂ 4 ਘੰਟੇ ਹੋ ਗਿਆ। ਅਤੇ ਅਸੀਂ ਸਾਰੇ ਸਿੰਘਾਂ ਨੇ ਉਸ ਗੁਰਕਾ ਸਾਹਿਬ ਨੂੰ ਸਾਫ਼ ਪਾਣੀ ਨਾਲ ਇਸ਼ਨਾਨ ਕਰਵਾ ਕੇ ਹੁਣ ਖਾਲਸਾ ਸੇਵਾ ਸੁਸਾਇਟੀ ਕੋਲ ਪਹੁੰਚਾ ਦਿੱਤੇ ਨੇ। ਪ੍ਰਸ਼ਾਸਨ ਨੂੰ ਰਿਪੋਰਟ ਕਰ ਦਿੱਤੀ ਆ। ਪ੍ਰਸ਼ਾਸਨ ਨੇ ਸਾਨੂੰ ਇਸ ਚੀਜ਼ ਦਾ ਵਾਅਦਾ ਦਿੱਤਾ ਕਿ ਅਸੀਂ ਸੋਮਵਾਰ ਤੱਕ ਇਸ ਮੁੱਦੇ ਦੇ ਜਿਹੜਾ ਦੋਸ਼ੀ ਆ ਉਹਨੂੰ ਤੁਹਾਡੇ ਸਾਹਮਣੇ ਰਖਾ ਦਾਂਗੇ। ਅਤੇ ਖਾਲਸੇ ਪੰਥ ਦਾ ਇਹ ਫੈਸਲਾ ਜੀ, ਜੇ 10 ਵਜੇ ਤੱਕ ਸੋਮਵਾਰ 10 ਵਜੇ ਤੱਕ ਜੇ ਉਹ ਦੋਸ਼ੀਆਂ ਨੂੰ ਸਾਡੇ ਕੋਲ ਇੱਥੇ ਲੈ ਆਉਂਦੇ ਅਤੇ ਬਣਦੀ ਕਾਨੂੰਨੀ ਕੋਈ ਉਹਨਾਂ ਨੂੰ ਕਾਰਵਾਈ ਕਰਵਾ ਦਿੰਦੇ ਨੇ ਜਾਂ ਉਹਨਾਂ ਦੀ ਕਾਰਵਾਈ ਹੋ ਜਾਂਦੀ ਆ, ਤਾਂ ਅਸੀਂ ਆਪਦਾ ਪ੍ਰੋਟੈਸਟ ਨਹੀਂ ਕਰਾਂਗੇ, ਅਸੀਂ ਉਹਦਾ ਧੰਨਵਾਦ ਕਰਾਂਗੇ। ਜੇ ਕਿਤੇ ਕਿਸੇ ਕਾਰਨ ਕਰਕੇ ਉਹ ਨਹੀਂ ਕਰਦੇ ਤਾਂ ਸਾਨੂੰ ਮਜਬੂਰਨ ਖਾਲਸੇ ਨੂੰ ਆਪਣੀ ਪੁਰਾਣੀ ਰੋਹ ਰੀਤ ਮੁਤਾਬਕ ਆਪਣਾ ਫੈਸਲਾ ਮਨਵਾਉਣ ਲਈ ਪੁਲਿਸ ਨੂੰ ਅਸੀਂ ਹਜ਼ਾਰ ਬੰਦੇ ਕੀਤਾ। ਪੁਲਿਸ ਨੇ ਸਾਡੇ ਨਾਲ ਬੜਾ ਸਹਿਯੋਗ ਦਿੱਤਾ।